ਵਾਰਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਵੱਡਾ ਖਲਾਸਾ ਪੰਜਾਬ ਪੁਲਿਸ ਨੇ ਖਲਾਸਾ ਕਰ ਦਿੱਤਾ ਕਿ ਅਮਰਤਪਾਲ ਸਿੰਘ ਦਾ ਜਿਹੜਾ ਪਾਸਪੋਰਟ ਆ ਉਹ ਘਰ ਵਿੱਚ ਨਹੀਂ ਮਿਲਿਆ ਸੀ ਲੇਕਿਨ ਹੁਣ ਉਸ ਤਹਿਤ ਇੱਕ ਹੋਰ ਜਾਣਕਾਰੀ ਮਿਲ ਚੁੱਕੀ ਆ ਕਿ ਅਮਰਤਪਾਲ ਸਿੰਘ ਵੀ ਵਿਦੇਸ਼ ਜਾ ਕੇ ਵਸਣਾ ਚਾਹੁੰਦਾ ਸੀ ਉਹਨਾਂ ਨੇ ਇੰਗਲੈਂਡ ਦੇ ਵਿੱਚ ਨਾਗਰਿਕਤਾ ਹਾਸਲ ਕਰਨ ਵਾਸਤੇ ਅਰਜੀ ਦਾਖਲ ਕੀਤੀ ਗਈ ਸੀ ਕਿਉਂਕਿ ਜਿਹੜੀ ਉਹਨਾਂ ਦੀ ਜੀਵਨ ਸਾਥਣ ਉਹ ਵੀ ਜੁਕੇ ਦੀ ਰਹਿਣ ਵਾਲੀ ਆ ਇਸ ਸਬੰਧੀ ਜਿਹੜੀ ਵੱਡੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਫਰਾਰ ਹੋ ਚੁੱਕੇ ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਮੁਖੀ ਨੇ ਜਿਹੜੇ ਪਿਛਲੇ 7 ਦਿਨ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਉਹਨੂੰ ਲੈ ਕੇ ਇੱਕ ਖੁਲਾਸਾ ਹੋਇਆ ਕਿ ਅਮਰਤਪਾਲ ਸਿੰਘ ਨੇ ਯੂਨਾਈਟਿਡ ਕਿੰਗਡਮ ਮਤਲਬ ਇੰਗਲੈਂਡ ਚ ਨਾਗਰਿਕਤਾ ਲੈਣ ਲਈ ਅਰਜੀ ਦਾਖਲ ਕੀਤੀ ਸੀ ਇਹ ਅਰਜੀ ਉਹਨਾਂ ਨੇ ਫਰਵਰੀ ਮਹੀਨੇ ਵਿੱਚ ਦਾਇਰ ਕੀਤੀ ਗਈ ਸੀ ਇਸ ਸਮੇ ਇਹ ਜਿਹੜਾ ਖੁਲਾਸਾ ਹੋਇਆ ਔਰ ਇਹ ਵੀ ਮੰਨਿਆ ਜਾ ਰਿਹਾ ਕਿ ਉਹ ਜਲਦ ਇੰਗਲੈਂਡ ਜਾ ਕੇ ਵਸਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੀ ਜਿਹੜੀ ਪਤਨੀ ਆ ਕਿਰਨਦੀਪ ਕੌਰ ਉਹ ਵੀ ਯੂਕੇ ਦੇ ਰਹਿਣ ਵਾਲੇ ਨੇ ਤੇ ਉਸੇ ਕਰਕੇ ਵਿਆਹ ਦੇ ਆਧਾਰ ਤੇ ਉਹਨਾਂ ਨੇ ਯੂਕੇ ਚ ਨਾਗਰਿਕਤਾ ਮੰਗੀ ਸੀ ਇਸ ਸਮੇਂ ਦੀ ਖਬਰ ਜਿਹੜੀ ਨਸ਼ਰ ਹੋਈ ਹੈ ਖਬਰ ਜਿਹੜੀ ਖੂਬ ਵਾਇਰਲ ਹੋ ਚੁੱਕੀ ਹੈ ਉਧਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਇਹ ਮੰਨ ਕੇ ਚੱਲ ਰਹੀਆਂ ਕਿ ਅਮਰਤਪਾਲ ਸਿੰਘ ਦੀ ਅਰਜ਼ੀ ਬ੍ਰਿਟਿਸ਼ ਅਧਿਕਾਰੀਆਂ ਕੋਲ ਪੈਂਡਿੰਗ ਪਈ ਸੀ ਤੇ ਹਾਲੇ ਇਸ ਮਾਮਲੇ ਵਿੱਚ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ ਮੰਨਿਆ ਜਾ ਰਿਹਾ ਹੈ ਕਿ ਉਹ ਜਲਦ ਜਾਣਾ ਚਾਹੁੰਦੇ ਸੀ ਵਿਦੇਸ਼ ਲੇਕਿਨ ਉਹ ਨਹੀਂ ਜਾ ਪਾਇਆ ਕਿਉਂਕਿ ਇਸ ਟਾਈਮ ਉਹਨਾਂ ਨੂੰ ਭਗੌੜਾ ਵੀ ਪੁਲਿਸ ਕਹਿ ਚੁੱਕੀ ਔਰ ਫਰਾਰ ਵੀ ਹੈ ਔਰ ਉਹਨਾਂ ਦੇ ਖਿਲਾਫ ਐਨਐਸਏ ਵੀ ਲੱਗ ਚੁੱਕਾ ਹੈ ਫਰਵਰੀ ਦੇ ਮਹੀਨੇ ਵਿੱਚ ਉਹਨਾਂ ਨੇ ਅਰਜੀ ਦਾਖਲ ਕੀਤੀ ਸੀ ਸਰਕਾਰ ਦੇ ਅਧਿਕਾਰੀਆਂ ਦੇ ਮੰਨਣਾ ਹੈ ਕਿ ਅਮਰਤਪਾਲ ਨੂੰ ਇਹ ਸਮਝ ਲੱਗ ਗਈ ਸੀ ਕਿ ਉਸ ਦੇ ਖਿਲਾਫ ਸਥਾਨਕ ਅਧਿਕਾਰੀਆਂ ਦੇ ਸਬਕ ਸਮਾਜ ਵਿੱਚ ਮੌਲ ਬੰਦਾ ਜਾ ਰਿਹਾ ਜਿਸ ਕਰਕੇ ਉਹ ਇਥੋਂ ਜਾਣਾ ਮناسب ਸਮਝ ਰਹੇ ਸੀ ਕਿਉਂਕਿ ਸਿਕ ਕੌਮ ਉਸ ਨੂੰ ਠੁਕਰਾ ਚੁੱਕੀ ਸੀ ਤੇ ਇਸ ਵਾਸਤੇ ਉਹ ਸੁਰੱਖਿਤ ਇੰਗਲੈਂਡ ਵਿੱਚ ਪਹੁੰਚਣਾ ਚਾਹੁੰਦਾ ਸੀ ਜਿੱਥੋਂ ਦੀ ਉਹਨਾਂ ਦੀ ਜੀਵਨ ਸਾਥਨ ਤੁਹਾਨੂੰ ਯਾਦ ਹੋਵੇਗਾ ਕਿ ਫਿਲਮੀ ਐਕਟਰ ਜਿਹੜਾ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਹੀ ਅਮਰਤਪਾਲ ਸਿੰਘ ਪੰਜਾਬ ਦਾ ਜਥੇਬੰਦੀ ਦਾ ਮੁਖੀ ਬਣਿਆ ਸੀ ਅਚਾਨਕ ਉਹ ਦੁਬਈ ਤੋਂ ਆਇਆ ਸੀ ਤੇ ਉਸ ਤੋਂ ਬਾਅਦ ਉਹ ਵਾਰਸ ਪੰਜਾਬ ਦੀ ਜਥੇਬੰਦੀ ਦਾ ਮੁਖੀ ਬਣ ਗਿਆ ਤੇ ਉਹ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਨੂੰ ਆਦਰਸ਼ ਮੰਨਦਾ ਸੀ ਤੇ ਅਮਰਿਤਪਾਲ ਸਿੰਘ ਦੇ ਬਹੁਤ ਸਾਰੇ ਸਮਰਥਕ ਉਹਨਾਂ ਨੂੰ ਪਿੰਡਰਾਂਵਾਲਾ 2 ਵਜੋਂ ਵੀ ਸਾਦੇ ਸਨ ਔਰ ਇਹ ਵੀ 23 ਫਰਵਰੀ ਨੂੰ ਜਿਹੜਾ ਅਮਰਿਤਪਾਲ ਸਿੰਘ ਨੇ ਅਜਨਾਲਾ ਪੁਲਿਸ ਥਾਣਾ ਜਿਹੜਾ ਉਹਦਾ ਕਰਾਓ ਜਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਗੁਰੂ ਸਾਹਿਬ ਦੀ ਆੜ ਲਈ ਸੀ ਉਸ ਤੋਂ ਬਾਅਦ ਸਿੱਖ ਕੌਮ ਨੇ ਵੀ ਕਾਫੀ ਕਿੰਤੂ ਪਰਤੂ ਕੀਤਾ ਸੀ ਲੇਕਿਨ ਉਸ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਫਿਰ ਜਲੰਧਰ ਦੇ ਵਿੱਚ ਗੁਰੂ ਸਾਹਿਬ ਜਾ ਕੇ ਗੁਰੂ ਘਰ ਜਾ ਕੇ ਕੁਰਸੀਆਂ ਨੂੰ ਤੋੜਨਾ ਸੈਟਿੰਗਾਂ ਪਾੜਨੀਆਂ ਆਗ ਲਗਾਉਣੀਆਂ ਉਸ ਤੋਂ ਬਾਅਦ ਸਿੱਖ ਕੌਮ ਨੇ ਵੱਡੀ ਗਿਣਤੀ ਵਿੱਚ ਆਪ ਪ੍ਰਯਾਪ ਨੂੰ ਇਸ ਤੋਂ ਕਿਨਾਰਾ ਕਰਨ ਦਾ ਮਨ ਬਣਾ ਲਿਆ ਸੀ ਸ਼ਾਇਦ ਇਸੇ ਕਰਕੇ ਅਮਰਤਪਾਲ ਸਿੰਘ ਨੇ ਮਨ ਬਣਾ ਲਿਆ ਹੋਊਗਾ ਜਿਹੜੀ ਫਰਵੀ ਮਹੀਨੇ ਚ ਉਹਨਾਂ ਨੇ ਅਰਜੀ ਦਿੱਤੀ ਸੀ ਹੁਣ ਇੱਕ ਨਵਾਂ ਖਲਾਸਾ ਹੋਇਆ ਔਰ ਫਿਲਹਾਲ ਕਿਉਂਕਿ 18 ਤਰੀਕ ਤੋਂ ਬਾਅਦ ਜਿਹੜਾ ਪੁਲਿਸ ਦਾ ਵੱਡਾ ਐਕਸ਼ਨ ਸੀ ਅੱਠ ਜ਼ਿਲ੍ਹਿਆਂ ਦੀ ਪੁਲਿਸ ਸੀ ਔਰ ਉਹਦੇ ਬਹੁਤ ਸਾਰੇ ਸਾਥੀ ਫੜੇ ਗਏ ਨੇ ਕਈਆਂ ਨੂੰ ਦਾਵਾ ਕੀਤਾ ਗਿਆ ਕਿ ਕਈਆਂ ਨੂੰ ਸ਼ੁਰੂਆਤੀ ਜਿਹੜੀ ਜਾਂਚ ਤੋਂ ਬਾਅਦ ਛੱਡ ਦਿੱਤਾ ਜਾਊਗਾ ਲੇਕਿਨ ਉਹਨਾਂ ਚੋਂ 30 ਦੇ ਕਰੀਬ ਹਾਰਡ ਕੋਰ ਕ੍ਰਿਮੀਨਲ ਨੇ ਪੁਲਸ ਨੇ ਦਾਵਾ ਕੀਤਾ ਤੋ ਹੁਣ ਅਮਰਤਪਾਲ ਸਿੰਘ ਬਾਰੇ ਇੱਕ ਨਵਾਂ ਖੁਲਾਸਾ ਕਿ ਉਹ ਵਿਦੇਸ਼ ਸੈਟਲ ਹੋਣਾ ਚਾਹੁੰਦੇ ਸੀ ਇੰਗਲੈਂਡ ਜਾਣਾ ਚਾਹੁੰਦੇ ਸੀ ਜਿੱਥੇ ਦੀ ਉਹਨਾਂ ਦੀ ਜੀਵਨ ਸਾਥ ਰਹਿਣ ਵਾਲੀ ਆ ਉਹਨਾਂ ਨੇ ਬ੍ਰਿਟਿਸ਼ ਕਾਉਂਸਲ ਦੇ ਵਿੱਚ ਅਰਜੀ ਦਾਖਲ ਕੀਤੀ ਸੀ ਸ਼ਾਇਦ ਇਸੇ ਕਰਕੇ ਅਮਰਤਪਾਲ ਸਿੰਘ ਦਾ ਜਿਹੜਾ ਪਾਸਪੋਰਟ ਆ ਉਹਨਾਂ ਦੇ ਪਿੰਡ ਘਰ ਵਿੱਚ ਨਹੀਂ ਮਿਲਿਆਗਾ ਸੀ ਨਾ ਹੀ ਮਾਪਿਆਂ ਨੇ ਕੋਈ ਜਾਣਕਾਰੀ ਦਿੱਤੀ ਸੀ ਲੇਕਿਨ ਹੁਣ ਪਤਾ ਲੱਗਾ ਕਿ ਉਹਨਾਂ ਨੇ ਬ੍ਰਿਟਿਸ਼ ਆਈ ਕਮਿਸ਼ਨ ਜਾਂ ਬ੍ਰਿਟਿਸ਼ ਕਾਉਂਸਲ ਦੇ ਵਿੱਚ ਅਰਜੀ ਦਾਖਲ ਕੀਤੀ ਸੀ ਕਿ ਕਿਉਂਕਿ ਉਹਨਾਂ ਦੀ ਜਿਹੜੀ ਜੀਵਨ ਸਾਥ ਨਾਲ ਉੱਥੋਂ ਦੇ ਰਹਿਣ ਵਾਲੇ ਨੇ ਤੇ ਸ਼ਾਇਦ ਉਹਨਾਂ ਨੇ ਯੂਕੇ ਸੈਟਲ ਹੋਣਾ ਹੋਵੇਗਾ ਇਸੇ ਕਰਕੇ ਅਰਜੀ ਦਾਖਲ ਕੀਤੀ ਹੈ ਹਾਲੇ ਬ੍ਰਿਟਿਸ਼ ਕਾਉਂਸਲ ਨੇ ਉਹਨਾਂ ਦੀ ਜਿਹੜੀ ਅਰਜੀ ਆ ਪੈਂਡਿੰਗ ਰੱਖੀ ਆ ਦੇ ਦੇ ਆ ਕਿ ਹੁਣ ਭਾਰਤ ਸਰਕਾਰ ਇਸ ਮਸਲੇ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਜਾਂ ਯੂਕੇ ਗਵਰਨਮੈਂਟ ਦੇ ਨਾਲ ਕਿਹੋ ਜਿਹਾ ਰਾਪਤਾ ਸੰਪਰਕ ਕਰਦੀ ਹੈ ਲੇਕਿਨ ਫਿਲਹਾਲ ਦੂਜੇ ਪਾਸੇ 7 ਦਿਨ ਹੋ ਚੁੱਕੇ ਨੇ ਹਾਲੇ ਤੱਕ ਅਮਰਤਪਾਲ ਸਿੰਘ ਜਾਂ ਉਹਦੇ ਸਾਥੀ ਪਿੰਪਲਪ੍ਰੀਤ ਸਿੰਘ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ ਹਰਿਆਣੇ ਤੋਂ ਮੰਨਿਆ ਜਾ ਰਿਹਾ ਕਿ ਉਹ ਉੱਤਰਾਖੰਡ ਜਾਂ ਯੂਪੀ ਜਾ ਚੁੱਕੇ ਨੇ ਜੇ ਉੱਤਰਾਖੰਡ ਤੋਂ ਫਰਾਰ ਹੋ ਗਏ ਤਾਂ ਲਾਜ਼ਮੀ ਤੌਰ ਤੇ ਮੰਨਿਆ ਜਾ ਸਕਦਾ ਹੈ ਕਿ ਉਹ ਨੇਪਾਲ ਵੀ ਜਾ ਸਕਦੇ ਜਿਵੇਂ ਪੁਲਿਸ ਦੀਆਂ ਥਿਊਰੀਆਂ ਚੱਲ ਰਹੀਆਂ ਆਈਆਂ ਲੇਕਿਨ ਫਿਲਹਾਲ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਇਹ ਖਬਰ ਇਹ ਆ ਕਿ ਅੰਮ੍ਰਿਤਪਾਲ ਸਿੰਘ ਵੀ ਇੰਗਲੈਂਡ ਜਾਣਾ ਚਾਹੁੰਦਾ ਸੀ ਉੱਥੋਂ ਦੀ ਨਾਗਰਿਕਤਾ ਹਾਸਲ ਕਰਨਾ ਚਾਹੁੰਦਾ ਸੀ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਹੁਣ ਬ੍ਰਿਟਿਸ਼ ਗਵਰਨਮੈਂਟ ਔਰ ਭਾਰਤ ਸਰਕਾਰ ਦੇ ਵਿੱਚ ਕਿਹੋ ਜਿਹਾ ਆਪਸੀ ਸੰਪਰਕ ਹੁੰਦਾ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ